ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਰਾਉਟ ਸਾਹਿਬ ਸਾਡੀ ਅਗਲੀ ਲਿਖਤ ਆਈ ਹੈ ਮਨਵੀਰ ਸਿੰਘ ਦੀ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਭੁੱਖ ਹੜਤਾਲ ਇਹ ਲਿਖਦੇ ਹਨ ਸਤਿਕਾਰ ਜੋ ਡਾਕਟਰ ਸਾਹਿਬ ਅਤੇ ਸਮੁੱਚੀ ਟੀਵੀ 84 ਦੀ ਟੀਮ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇੱਕ ਸਵਾਲ ਬੜਾ ਸਤਾਉਂਦਾ ਹੈ ਕਿ ਕੀ ਭੁੱਖ ਹੜਤਾਲ ਕਰਨਾ ਗੁਰਮਤ ਹੈ ਕਿਉਂਕਿ 18ਵੀਂ ਸਦੀ ਦੇ ਅਖੀਰ ਤੱਕ ਬੀਤੇ ਇਤਿਹਾਸ ਵਿੱਚ ਭੁੱਖ ਹੜਤਾਲ ਕਰਨ ਦਾ ਜ਼ਿਕਰ ਨਹੀਂ ਆਉਂਦਾ ਮੌਜੂਦਾ ਸੰਘਰਸ਼ ਜੋ ਸਿੰਘਾਂ ਦੀ ਰਿਹਾਈ ਲਈ ਚੱਲ ਰਿਹਾ ਹੈ ਉਹ ਮੈਨੂੰ ਇਹ ਜਾਪਦਾ ਹੈ ਕਿ ਪਹਿਲਾਂ ਤਾਂ ਸਾਡੇ ਵੀਰ ਸਾਡੇ ਵੀਰਾਂ ਨੇ ਅਣਖ ਨਾਲ ਹਥਿਆਰ ਚੁੱਕੇ ਅਤੇ ਹੁਣ ਅਸੀਂ ਬਿਕਾਰਤਾ ਵਾਂਗੂ ਜ਼ਾਲਮਾਂ ਨੂੰ ਭੁੱਖੇ ਰਹਿ ਕੇ ਅਤੇ ਇੱਕ ਹਿਸਾਬ ਨਾਲ ਉਹਨਾਂ ਦੀਆਂ ਮੰਤਾਂ ਕੱਢ ਰਹੇ ਹਾਂ ਕਿ ਮੈਨੂੰ ਮaaf ਕਰ ਦਿਓ ਅਤੇ ਜਿਸ ਜ਼ਾਲਮ ਹੁਕਮਰਾਨ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਸ ਨੇ ਇਨਸਾਫ ਨਹੀਂ ਕਰਨਾ ਚਾਹੇ ਮੰਤਾਂ ਕਰੋ ਚਾਹੇ ਮਰ ਜਾਓ ਮੈਂ ਤਾਂ ਆਪਣੇ ਦਿਲ ਦੀ ਗੱਲ ਅਤੇ ਜਿੰਨੇ ਕੁ ਮੱਥ ਅਕਾਲ ਪੁਰਖ ਨੇ ਬਖਸ਼ੀ ਹੈ ਉਹ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਅਤੇ ਹੁਣ ਕੁਝ ਮਨ ਹੌਲਾ ਵੀ ਹੋ ਰਿਹਾ ਹੈ ਆਪ ਜੀ ਨੂੰ ਮੇਲ ਲਿਖਣ ਤੋਂ ਬਾਅਦ ਕਾਫੀ ਦਿਨ ਤੋਂ ਕਾਫੀ ਦਿਨ ਹੋ ਗਏ ਹਨ ਬਿਜ਼ੀ ਸ케ਜੂਲ ਹੋਣ ਕਾਰਨ ਟੀਵੀ 84 ਦੇਖ ਨਹੀਂ ਸਕਿਆ ਅੰਤ ਵਿੱਚ ਸੰਤ ਪਿੰਡਾਵਾਲਾ ਦੇ ਸ਼ਬਦਾਂ ਨਾਲ ਈਮੇਲ ਖਤਮ ਕਰਦਾ ਹਾਂ ਸਿਰ ਦਿੱਤਿਆਂ ਬਾਜਨੀ ਰਹਿਣਾ ਧਰਮ ਸਿਰ ਦਿੱਤਿਆਂ ਬਾਜਨੀ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਆ ਵੀਰ ਮਨਵੀਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਦਿਖਾਇਆ ਭਾਵੇਂ ਉਹਨਾਂ ਦੀ ਸੰਖੇਪ ਦੇ ਵਿੱਚ ਹੈ ਈਮੇਲ ਪਰ ਕਾਫੀ ਵੱਡਾ ਸਵਾਲ ਉਹਨਾਂ ਨੇ ਕੀਤਾ ਹੈ ਜਾਂ ਇੱਕ ਕਾਨਸੈਪਟ ਸਾਹਮਣੇ ਲਿਆਂਦਾ ਸੀ ਇਸ ਦਾ ਜ਼ਿਕਰ ਪਹਿਲਾਂ ਵੀ ਕੀਤਾ ਸੀ ਜਦੋਂ ਭਾਈ ਗੁਰਬਖਸ਼ ਸਿੰਘ ਉਹਨਾਂ ਦਾ ਵਰਤ ਚੱਲ ਰਿਹਾ ਸੀ ਔਰ ਉਦੋਂ ਸਾਡੇ ਉਸ ਕਮੈਂਟ ਨੂੰ ਆਧਾਰ ਬਣਾ ਕੇ ਜਿਹੜੀਆਂ ਕੈਟਾਂ ਜਿਹੜੀਆਂ ਏਜੰਸੀਆਂ ਨੇ ਖੜੀਆਂ ਕੀਤੀਆਂ ਹੋਈਆਂ ਸਿੱਖਾਂ ਦੇ ਵਿੱਚ ਵੀ ਉਹਨਾਂ ਨੇ ਸਾਡਾ ਬਹੁਤ ਵਿਰੋਧ ਕੀਤਾ ਪਰਸਨਲ ਲੈਵਲ ਤੇ ਬਹੁਤ ਸਾਰੀਆਂ ਘਟੀਆਂ ਗੱਲਾਂ ਕਿ ਜੀ ਇਹ ਤਾਂ ਗੁਰਬਖਸ਼ ਸਿੰਘ ਦਾ ਔਰ ਬੰਦੀ ਸਿੱਖਾਂ ਦੀ ਰਿਹਾਈ ਦੇ ਕੇਸ ਦਾ ਵਿਰੋਧ ਕਰ ਰਹੇ ਨੇ ਔਰ ਹੋਰ ਵੀ ਨੌਨਸੈਂਸ ਜੀ ਪਰ ਅਸੀਂ ਉਦੋਂ ਵੀ ਔਰ ਅੱਜ ਵੀ ਅਸੀਂ ਇਸ ਗੱਲ ਨੂੰ ਬਿਲਕੁਲ ਜਿਹੜੀ ਸਿਧਾਂਤਕ ਗੱਲ ਹੈ ਔਰ ਮੈਂ ਸਮਝਦਾ ਵੀ ਵੀਰ ਮਨਵੀਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਹੈ ਕਿ ਇਹ ਜਿਹੜਾ ਅਸਤਿਆਰ ਦੇ ਤੌਰ ਤੇ ਭੁਖੜ ਤਾਰ ਨੂੰ ਇਸਤੇਮਾਲ ਕਰਨੇ ਇਹ 20ਵੀਂ ਸਦੀ ਚ ਜਿਹੜਾ ਇਹ ਗਾਂਧੀਆਂ ਲਾਈਨ ਦੇ ਥੱਲੇ ਔਰ ਉਹਦਾ ਵੀ ਕਪੜਾ ਏਜੰਡਾ ਸੀ ਉਸ ਤੇ ਥੱਲੇ ਸ਼ੁਰੂ ਹੋਇਆ ਜੀ ਔਰ 18ਵੀਂ ਸਦੀ ਦੇ ਵਿੱਚ ਜਾਂ ਉਸ ਤੋਂ ਬਾਅਦ ਵੀ ਜਦੋਂ 19ਵੀਂ ਸਦੀ ਵੀ ਆਂਦੀ ਹੈ ਅਸੀਂ ਦੇਖਦੇ ਹਾਂ ਹੁਣ 1859 ਚ ਪੰਜਾਬ ਜਿਹੜਾ ਉਹ ਅੰਗਰੇਜ਼ਾਂ ਦੇ ਪਿੱਠੇ ਪੈਂਦਾ ਸੋ ਪਹਿਲਾ ਰੈਵੋਲੂਸ਼ਨਰੀ ਜਿਸ ਨੇ ਆਵਾਜ਼ ਚੁੱਕੀ ਭਾਈ ਮਹਾਰਾਜ ਸਿੰਘ ਕਿਵੇਂ ਉਹ ਫਿਰ ਗ੍ਰਫਤਾਰ ਵੀ ਹੋਏ ਸਿੰਗਾਪੁਰ ਚ ਉਹਨਾਂ ਨੂੰ ਖੜਿਆ ਗਿਆ ਜਿੱਥੇ ਉਹਨਾਂ ਨੂੰ ਬਿਲਕੁਲ ਇੱਕ ਛੋਟੇ ਜੇ ਕਮਰੇ ਚ ਰੱਖਿਆ ਘੱਟ ਰੋਸ਼ਨੀ ਔਰ ਹੋਰ ਟਾਰਚਰ ਵਾਲੇ ਤਰੀਕੇ ਨਾਲ ਬਲਾਈਂਡ ਕਰਤਾ ਔਰ ਬਾਅਦ ਚ ਉਹਨਾਂ ਨੇ ਸ਼ਹੀਦੀ ਪਾਈ ਜੀ ਪਰ ਅਸੀਂ ਇਹ ਦੇਖਦੇ ਹਾਂ ਕਿ ਉਦੋਂ ਵੀ ਔਰ ਬਾਬਾ ਰਾਮ ਸਿੰਘ ਨਾਮ ਤਾਰੀ ਬੇਸ਼ੱਕ ਉਹਨਾਂ ਦੀ ਮੂਵਮੈਂਟ ਕਰਾਏ ਪਾ ਦਿੱਤੀ ਏਜੰਸੀਆਂ ਨੇ ਪਰ ਕੂਕਿਆਂ ਨੇ ਵੀ ਜਿਹੜਾ ਰਸਤਾ ਚੁਣਿਆ ਸੀ ਉਹ ਤਾਂ ਹਥਿਆਰਬੰਦ ਸੰਘਰਸ਼ਤਾਈ ਸੀ ਇਸੇ ਤਰ੍ਹਾਂ ਜਦੋਂ ਅਸੀਂ ਗਦਰੀ ਬਾਬਿਆਂ ਦਾ ਪਾਠ ਦੇਖਦੇ ਹਾਂ 20ਵੀਂ ਸਦੀ ਦੀ ਬਿਗਨਿੰਗ ਚ ਉਹ ਵੀ ਸਿੱਖੀ ਤੋਂ ਇਨਸਪਾਇਰਡ ਸਨ ਬੇਸ਼ੱਕ ਅਮਰੀਕਾ ਕੈਨੇਡਾ ਚ ਜਿਹੜੇ ਉਹ ਚੰਗਾ ਜੀਵਨ ਜੀ ਰਹੇ ਸੀ ਪਰ ਉਹਨਾਂ ਨੇ ਵੀ ਉਹੀ ਰਸਤਾ ਚੁਣਿਆ ਕਿ ਵੀ ਜਾ ਕੇ ਅਸੀਂ ਹਥਿਆਰਬੰਦ ਸੰਗਰਸ਼ ਤੇ ਨਾਲ ਅੰਗਰੇਜ਼ਾਂ ਨੂੰ ਕੱਢਣ ਬੇਸ਼ੱਕ ਅਕਾਲੀ ਲਹਿਰ ਪਹਿਲੀ ਕੈਸੀ ਲਹਿਰ ਸਾਡੇ ਕਲੈਕਟਿਵ ਸਿੱਖ ਹਿਸਟਰੀ ਦੇ ਵਿੱਚ ਆਂਦੀ ਹੈ ਕਿ ਜੇਨਾ ਨੇ ਗੁਰੂ ਕੇ ਬਾਗ ਚ ਡਾਂਗਾ ਜਾਂ ਜੈਤੋ ਦੇ ਮੋਰਚੇ ਉਹਦੇ ਸਾਹਮਣੇ ਖਲੋਣ ਦੀ ਗੱਲ ਜਿਹੜੀ ਹੈ ਕਿਉਂਕਿ ਇਹਦੇ ਚ ਵੀ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਗਾਂਧੀਆਂ ਉਸ ਲਾਈਨ ਦਾ ਹੀ ਆਇਆ ਪਰ ਸਿੱਖਾਂ ਨੇ ਈਵਨ ਇਸ ਨੂੰ ਵੀ ਪਾਵੇਂ ਅਸੀਂ ਅੱਜ ਕੁਰਬਾਨੀਆਂ ਪਰਿਆ ਇਤਿਹਾਸ ਕਹਿੰਦੇ ਆ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਗੱਲ ਕਰਦੇ ਆ ਪਰ ਇੱਕ ਲਹਿਰ ਜਿਹਨੂੰ ਜਿਹੜੀ ਪੈਰਲਲ ਸੀ ਜਿਹਨੂੰ ਅੱਜ ਵੀ ਦੱਬਣ ਦਾ ਯਤਨ ਕੀਤਾ ਜਾਂਦਾ ਹੈ ਜਾਂ ਡਿਊ ਕ੍ਰੈਡਿਟ ਨਹੀਂ ਦਿੱਤਾ ਜਾਂਦਾ ਉਹ ਬਬਰ ਅਕਾਲੀ ਲਹਿਰ ਸੀ ਔਰ ਬਬਰ ਕਾਦੀਆਂ ਨੇ ਨਾਲ ਦੀ ਨਾਲ ਉਹ حساب ਬਰਾਬਰ ਕਰਦੇ ਸੀ ਜੇ ਗੁਰੂ ਕੇ ਬਾਗ ਚ ਬੀਟੀ ਨੇ ਡਾਂਗਾ ਦੇ ਨਾਲ ਸਿੱਖਾਂ ਨੂੰ ਕੁੱਟਿਆ ਤੇ ਉਹਨਾਂ ਨੇ ਬੀੜੀ ਨੂੰ ਬੀਟੀ ਨੂੰ ਗੱਡੀ ਚੜਾਇਆ ਜਿਹੜੇ ਫਿਰ ਦੁਆਬੇ ਦੇ ਵਿੱਚ ਬੈਠੇ ਇਹਨਾਂ ਦੇ ਮੁਖਬਰ ਸੀ ਟੋਡੀ ਸੀ ਉਹਨਾਂ ਨੂੰ ਲੱਭ ਲੱਭ ਕੇ ਜਿਹੜਾ ਉਹਨਾਂ ਨੇ ਸਜ਼ਾਵਾਂ ਦਿੱਤੀਆਂ ਸੋ ਇਹ ਜਿਹੜੀ ਖਾਲਸਾ ਦੀ ਪਰੰਪਰਾ ਹੈ ਹਮੇਸ਼ਾ ਰਹੀ ਹੈ ਕਿ ਭਾਈ ਤੁਸੀਂ ਜਿਹੜਾ ਹੈ ਉਹ ਇਨਸਾਫ ਦੇਣੇ ਔਰ ਇਨਸਾਫ ਲੈਣੇ ਇਹ ਬੜੀ ਜ਼ਾਹਰ ਹੈ ਕਿ ਵੀ ਇਹ ਇਸੇ ਗੱਲ ਨੂੰ ਕਿਉਂਕਿ ਇਹ ਭੋਖੜਤਾਲ ਜਾਂ ਦੂਸਰਾ ਇਸ ਨੂੰ ਕਿਉਂਕਿ ਗਾਂਧੀ ਨੇ ਅਹਿੰਸਾ ਨੂੰ ਇਨਾ ਕੁ ਵਧਾਇਆ ਦਸਵੇਂ ਪਾਸ਼ਾ ਪ੍ਰਤੀ ਉਹ ਜਿਹੜਾ ਗਲਤ ਸ਼ਬਦ ਬੋਲਣ ਤੱਕ ਗਿਆ ਸੋ ਜਸਟੀਫਾਈ ਕਰਨਾ ਚਾਹੁੰਦਾ ਸੀ ਪਰ ਜੇ ਤੁਸੀਂ ਉਹ ਇਵਨ ਉਹਦੇ ਜਿੰਨੇ ਵੀ ਉਹਦੇ ਅਹਿੰਸਕ ਮੋਰਚੇ ਵੀ ਦੇਖੋ ਵਾਇਲੈਂਸ ਤਾਂ ਹੋ ਹੀ ਜਾਂਦੀ ਸੀ ਉਦੋਂ ਫਿਰ ਉਹ ਜਾਂ ਮੌਨਗਾ ਤਾਰ ਲੈਂਦਾ ਸੀ ਜਾਂ ਵਰਤ ਰੱਖ ਲੈਂਦਾ ਸੀ ਕਿ ਜੀ ਇਹ ਜਿਹੜਾ ਮੈਂ ਹੁਣ ਵਰਤ ਰੱਖ ਰਿਹਾ ਇਹਦਾ ਪਛਤਾਪ ਕਰਨ ਦੇ ਲਈ ਸੋ ਅਸੀਂ ਸਮਝਦੇ ਆਂ ਵੀ ਇਹ ਗਾਂਧੀ ਦੇ ਦੇਖੋ ਦੇਖੀ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਨੇ ਜਿਹੜਾ ਉਹ ਇਸੇ ਰਸਤੇ ਨੂੰ ਚੁਣ ਕੇ ਸਿੱਖਾਂ ਨੂੰ ਜਿਹੜਾ ਉਹ ਜ਼ਨੀਲ ਕਰਵਾਇਆ ਔਰ ਸਰਦਾਰ ਦਰਸ਼ਨ ਸਿੰਘ ਫੈਰੂਮਾਨ ਨੇ ਫਾਈਨਲ ਆਪਣੀ ਕੁਰਬਾਨੀ ਦੇ ਨਾਲ ਇੱਕ ਵਾਰ ਅਰਦਾਸ ਦੀ ਅਹਿਮੀਅਤ ਨੂੰ ਸਟੈਬਲਿਸ਼ ਕਰਕੇ ਇਸ ਕਲੰਕ ਨੂੰ ਧੋ ਦਤਾ ਸੀ ਸੋ ਅੱਜ ਵੀ ਅਸੀਂ ਇਹ ਸਮਝਦੇ ਆਂ ਕਿ ਵੀ ਬੇਸ਼ੱਕ ਹੁਣ ਵੀ ਕੁਝ ਨਾ ਨੇ ਕਿ ਕੌਣ ਕਿੱਥੇ ਭੁਖ ਹੜਤਾਲ ਤੇ ਬੈਠਾ ਹੈ ਕੋਈ ਨਵੰਬਰ 84 ਲਈ ਇਨਸਾਫ ਮੰਗ ਰਿਹਾ ਹੈ ਕੋਈ ਦੂਸਰਾ ਪਾਰਟ ਹੈ ਪਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜੇ ਜ਼ਾਲਮ ਨੇ ਉਹ ਇਨਸਾਫ ਨਹੀਂ ਕਰਦੇ ਤੇ ਭੁੱਖੇ ਰਹਿਣਾ ਜਿਹੜਾ ਹੁੰਦਾ ਹੈ ਕਈ ਵਾਰੀ ਇਹ ਜ਼ਾਲਮ ਦੇ ਲਈ ਜਾਂ ਬਹੁਤ ਟਾਇਰੈਂਟ ਜਿਹੜਾ ਹੈ ਉਹਦੇ ਲਈ ਮਿੰਤਾਵਾਂ ਵਾਲੀ ਗੱਲ ਹੁੰਦੀ ਹੈ ਉਹ ਇਹ ਸਮਝਦਾ ਹਾਂ ਅਸੀਂ ਦੇਖਦੇ ਹਾਂ ਕਿ ਕਿਸ ਕਦਰ ਇਹਨਾਂ ਦੇ ਵਰਤ ਦੇ ਨਾਂ ਥੱਲੇ ਕਿਵੇਂ ਇਹ ਆਰਐਸਐਸ ਦੇ ਜਿਹੜੇ ਧੁੰਮ ਛੱਲੇ ਸੀ ਇਹਨਾਂ ਨੇ ਸਾਡੇ ਤਖਤਾਂ ਦੇ ਜਥੇਦਾਰ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਗਿਆਨੀ ਅਗਿਆਨੀ ਮਾਲ ਸਿੰਘ ਤਖਸੀਰੀ ਕੇਸਗੜ ਸਾਹਿਬ ਦੇ ਜੱਥੇਦਾਰ ਉਹਨਾਂ ਨੂੰ ਵੀ ਲਿਜਾ ਕੇ ਰਾਜਨਾਥ ਦੇ ਦਰਬਾਰ ਚ ਪੇਸ਼ ਕਰਤਾ ਕਿ ਜੀ ਇਹ ਮੰਗ ਪੱਤਰ ਹੈ ਜੀ ਹੁਣ ਮੰਗਾਂ ਹੋ ਗਈਆਂ ਪੂਰੀਆਂ ਤੁਸੀਂ ਉਹ ਬੰਦਾ ਵੀ ਜਿਹੜਾ ਉਹ ਚੌੜ ਤੈਨੂੰ ਭੁਖਾ ਰਿਹਾ ਹੈ ਉਹ ਇਸ ਤੇ ਇਸ ਦੇ باوجود ਦੁਨੀਆ ਪੜ ਦੇ ਵਿੱਚ ਕਿੰਨੀ ਐਨਰਜੀ ਇਸ ਗੱਲ ਦੇ ਉੱਤੇ ਲੱਗੀ ਕਿ ਭਾਈ ਸਾਡੀਆਂ ਸਾਡਾ ਫੋਕਸ ਕੀ ਹੈ ਲੇਕਿਨ ਇਹ ਦੇ باوجود ਕਿਉਂਕਿ ਇਹ ਅਲਟੀਮੇਟਲੀ ਇਸ ਪਾਸੇ ਵੱਲੀ ਜਾਣਾ ਸੀ ਕਿਉਂਕਿ ਜ਼ਾਲਮ ਜਿਹੜਾ ਹੈ ਉਦੋਂ ਤੁਹਾਡੇ ਜ਼ਖਮਾਂ ਤੇ ਲੂਣ ਛਿੜਕਣਾ ਚਾਹੁੰਦਾ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਜ਼ਖਮਾਂ ਤੇ ਮਲਮ ਲਾਓ ਜੀ ਜੀ ਸੋ ਉਹਨਾਂ ਦੇ ਲਈ ਮਲਮ ਲਾਉਣ ਦਾ ਮਤਲਬ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਨੂੰ ਹੀ ਉਹ ਮਲਮ ਕਹਿੰਦੇ ਨੇ ਉਹਹੀ ਕਾਰਨ ਸੀ ਕਿ ਇੰਦਰਾ ਗਾਂਧੀ ਨੇ ਜੂਨ 84 ਦਾ ਕਲੂਕਾਰਾ ਵਰਤਾ ਕੇ ਕਿਹਾ ਕਿ ਜੀ ਅਬ ਜ਼ਖਮਾਂ ਉੱਪਰ ਮਲਮ ਲਗਾਉਣ ਦੀ ਜ਼ਰੂਰਤ ਹੈ ਔਰ ਮਲਮ ਲਾ ਦਿੱਤੀ ਉਹਨਾਂ ਨੇ ਫਿਰ ਨਵੰਬਰ 84 ਜੀ ਜਦੋਂ ਹਜ਼ਾਰਾਂ ਜਿਹੜੇ ਨੇ ਉਹ ਹੋਰ ਮਾਰ ਦਿੱਤੇ ਸੋ ਅਸੀਂ ਬਿਲਕੁਲ ਇਹਨਾਂ ਦੇ ਨਾਲ ਸਹਿਮਤ ਹੈ ਕਿ ਵੀ ਜਿਵੇਂ ਉਹਨਾਂ ਨੇ ਸੰਦਰਨਾਲ ਸਿੰਘ ਜੀ ਖਾਲਸਾ ਪਿੰਡਾ ਵਾਲਿਆਂ ਦੇ ਨਾਲ ਆਪਣੀ ਗੱਲ ਨੂੰ ਜਿਹੜਾ ਕਨਕਲੂਡ ਕੀਤਾ ਕਿ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਸੋ ਜ਼ਾਹਰ ਹੈ ਕਿ ਜਦੋਂ ਤੱਕ ਤੁਸੀਂ ਸੀਸ ਤਲੀ ਤੇ ਰੱਖ ਕੇ ਇਹ ਮਨ ਬਣਾ ਕੇ ਨਹੀਂ ਨਿਕਲਦੇ ਕਿ ਭਾਈ ਅਸੀਂ ਜ਼ੁਲਮ ਦਾ ਨਾਸ ਕਰਨੇ ਅਸੀਂ ਆਪਣਾ ਘਰ ਬਣਾਉਣਾ ਔਰ ਅਸੀਂ ਆਜ਼ਾਦ ਦੇਸ਼ ਖਾਲਸਤਾਨ ਸਰਜਣੇ ਉਸ ਲਈ ਵੀ ਸੰਤ ਕਹਿੰਦੇ ਸੀ ਕਿ ਭਾਈ ਕਸ਼ਹਿਰਾ ਪਰਣਾ ਜਿਹੜਾ ਉਹ ਮੋੜੇ ਰੱਖ ਲੋ ਤੇ ਅਰਦਾਸਾ ਸੋਧ ਕੇ ਨਿਕਲ ਪਓ ਫਿਰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੈ ਕਾਸ਼ ਕਿ ਇਸ ਭਾਵਨਾ ਨਾਲ ਅਜ ਅਸੀਂ ਲੜ ਰਹੇ ਹੋਈਏ ਇਸ ਸਟਰਗਲ ਨੂੰ ਜੀ ਬਾਕੀ ਤਾਂ ਜਿਹੜਾ ਉਹ ਦੁਸ਼ਮਨ ਇਸ ਕਿਸਮ ਦਾ ਹੈ ਕਿ ਉਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਚਲਾਕ ਨੇ ਸੋ ਇਹ ਜਿਹੜਾ ਹਸ਼ਰ ਹੋਇਆ ਹੈ ਭਾਈ ਗੁਰਬਖਸ਼ ਸਿੰਘ ਦੇ ਵਰਤ ਦਾ ਵੀ ਇਸ ਤੋਂ ਮੇਰਾ ਖਿਆਲ ਹੈ ਸਾਨੂੰ ਅੱਗੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਕਿਸ ਹੱਦ ਤੱਕ ਇਹ ਜਾਣਦੇ ਨੇ ਜੀ ਬਿਲਕੁਲ ਡਾਕਟਰ ਸਾਹਿਬ ਇਸ ਨਾਲ ਲੈਨੇ ਪ੍ਰੇਖ ਵੀਅਰਸ ਤੁਸੀਂਨਾ ਇਸ ਤਰ੍ਹਾਂ ਜੁੜੇ ਰਹੇ ਮਿਲਦੇ ਆਫਟਰ ਦ ਸ਼ਾਰਟ ਬ੍ਰੇਕ